ਆਓ ਮੈਂ ਅਗਲੀ ਬੇਨਤੀ ਕਰਾਂ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ, ਪਦਮ ਸ਼੍ਰੀ ਖੰਡੂਰ ਸਾਹਿਬ ਵਾਲੇ, ਜਿਨ੍ਹਾਂ ਦਾ ਕਾਰ ਸੇਵਾ ਦੇ ਖੇਤਰ ਦੇ ਅੰਦਰ ਬਹੁਤ ਵੱਡੀ ਮਹਾਨ ਸੇਵਾ ਹੈ, ਦੁਨੀਆ ਭਰ ਦੇ ਅੰਦਰ ਉਹਨਾਂ ਨੂੰ ਜਾਣਿਆ ਜਾਂਦਾ ਹੈ। ਆਓ ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂ ਉਹ ਸੰਗਤ ਦੇ ਸਨਮੁਖ ਹੋਣ। 2 ਮਿੰਟ ਸੰਗਤ ਦੇ ਦਰਸ਼ਨ ਕਾਰਨ ਉਹਨਾਂ ਨੇ ਮਾਫ਼ੀ ਮੰਗੀ ਸੀ, ਪਰ ਮਹਾਂਪੁਰਖਾਂ ਵੱਲੋਂ ਹੁਕਮ ਹੋਇਆ ਹੈ ਕਿ ਨਹੀਂ, ਬਾਬਾ ਜੀ ਦੇ ਸੰਗਤ ਨੂੰ ਰੱਥ ਨੂੰ ਜ਼ਰੂਰ ਕਰਾਓ। ਸੋ ਬੇਨਤੀ ਹੈ ਮਹਾਂਪੁਰਖਾਂ ਨੂੰ ਮੈਕ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਜੁਗੋ ਜੁਗ ਟਲ ਧੰਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੀਸਰਾ ਘੱਲੂਘਾਰਾ ਸਿੱਖ ਪੰਥ ਬੜੇ ਜੋਸ਼ ਉਤਸ਼ਾਹ ਦੇ ਨਾਲ ਮਨਾ ਰਹੀ ਹੈ, ਕਿਉਂਕਿ ਇਹ ਘੱਲੂਘਾਰੇ ਹਮੇਸ਼ਾ ਯਾਦ ਰਹਿੰਦੇ ਨੇ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ 18ਵੀਂ ਸਦੀ ਦਾ ਇਤਿਹਾਸ ਅਸੀਂ ਸੁਣਦੇ ਸੀ, ਪੜ੍ਹਦੇ ਸੀ, ਪਰ ਉਹ 20ਵੀਂ ਸਦੀ ਵਿੱਚ ਸਾਖਿਆਤ ਸਾਡੇ ਸਾਹਮਣੇ ਲੈ ਆਉਂਦਾ। 1.25 ਲੱਖ ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ, ਐਸੀ ਅਵਸਥਾ ਮਹਾਂਪੁਰਸ਼ਾਂ ਦੀ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਸ਼ਰੇਆਮ ਬਾਜ਼ਾਰਾਂ ਵਿੱਚ ਖੋਪਰ ਲੱਗਦੇ ਸੀ, ਚਰਖੇ ਚੜ੍ਹਾਏ ਜਾਂਦੇ ਸੀ, ਪਰ 20ਵੀਂ ਸਦੀ ਵਿੱਚ ਬਹੁਤ ਗੁਪਤ ਤੌਰ 'ਤੇ ਤਸੀਹੇ ਦਿੱਤੇ ਜਾਂਦੇ ਸੀ। ਫਰਕ ਸਿਰਫ ਇੰਨਾ ਹੀ ਆ, ਤਸੀਹਾਂ ਤਾਂ ਹੁਣ ਵੀ ਕੋਈ ਕਮੀ ਨਹੀਂ ਰਹੀ 20ਵੀਂ ਸਦੀ ਵਿੱਚ ਵੀ, ਪਰ ਦਮਦਮੀ ਟਕਸਾਲ ਨੇ ਬਹੁਤ ਵੱਡੀ ਮਹਾਨ ਕੁਰਬਾਨੀ ਔਰ ਅਗਵਾਈ ਕੀਤੀ ਹੈ। ਗ੍ਰੰਥੀ ਅਖੰਡ ਪਾਠੀ ਪ੍ਰਚਾਰਕ ਨਹੀਂ ਪੈਦਾ ਕੀਤੇ, ਸੂਰਬੀਰ ਬਹਾਦਰ ਯੋਧੇ ਮਹਾਂਬਲੀ ਵੀ ਪੈਦਾ ਕੀਤੇ ਆ। ਸੋ ਸਮੁੱਚਾ ਖਾਲਸਾ ਪੰਥ ਅੱਜ ਉਹਨੇ ਯਾਦ ਜੁੜ ਬੈਠਾ ਹੈ। ਸੋ ਸਤਿਗੁਰ ਕਿਰਪਾ ਕਰੇ ਇਸੇ ਤਰ੍ਹਾਂ ਮਹਾਰਾਸ਼ਟਰ ਪਾਤਸ਼ਾਹ ਦਮਦਮੀ ਟਕਸਾਲ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਐਸੇ ਕਾਰਜ ਕੌਮੀ ਕਾਰਜ ਕਰਦੇ ਰਹਿਣ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮਹਾਂਪੁਰਸ਼ਾਂ ਦਾ ਸਮੁੱਚੇ ਹੀ ਪ੍ਰਬੰਧਕਾਂ ਵੱਲੋਂ ਜਿੱਥੇ ਬਹੁਤ ਬਹੁਤ ਧੰਨਵਾਦ, ਉੱਥੇ ਅਗਲੇ ਬੁਲਾਰੇ ਸੰਗਤ ਦੇ ਸਨਮੁੱਖ ਪੇਸ਼ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗਿਆਨੀ ਜੀਵਾ ਸਿੰਘ ਜੀ ਨੂੰ, ਉਹ ਆਏ ਮਹਾਂਪੁਰਸ਼ਾਂ ਦੇ ਆਏ ਆਗੂਆਂ ਦੇ ਕੁਝ ਸਮਾਂ ਹਾਜ਼ਰੀ ਵੀ ਲਵਾਉਣਗੇ। ਉਸ ਤੋਂ ਬਾਅਦ ਜਿਸ ਤਰ੍ਹਾਂ ਸਰਦਾਰ ਪਰਮਜੀਤ ਸਿੰਘ ਜੀ ਰਾਣਾ ਸੰਗਤ ਦੇ ਅੱਗੇ ਕੁਝ ਮਤੇ ਰੱਖ ਕੇ ਗਏ ਹਨ, ਇਸੇ ਤਰ੍ਹਾਂ ਹਰ ਸਾਲ ਸਟੇਜ ਤੋਂ ਮੰਗ ਕੀਤੀ ਜਾਂਦੀ ਹੈ। ਇਸ ਸਾਲ ਵੀ ਜਿਹੜੇ ਮਤੇ ਪੜ੍ਹੇ ਜਾਣੇ ਨੇ ਉਹ ਮਤਿਆਂ ਦੀ ਪ੍ਰਵਾਨਗੀ